ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦੇ ਹਾਂ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅਨਹਦ ਵੱਲੋਂ ਵੀ ਸਤਿ ਸ਼੍ਰੀ ਅਕਾਲ। ਅਨਹਦ ਕਰਨ ਦੀ ਡਰਾਇੰਗ, ਅਨਹਦ ਕੀ ਬਣਾਉਂਦਾ? BTS ਹੈ। ਚਲੀਏ ਚਲੀਏ ਮੈਡਮ ਜੀ, ਚਲੋ ਚੱਲ ਅਨਹਦ ਚਲੀਏ। ਚਲੋ ਟਾਈਮ ਹੋ ਗਿਆ ਡਾਕਟਰ ਦਾ, ਉੱਠੋ ਤਾਂ ਛੇਤੀ ਕਰੋ ਛੇਤੀ ਕਰੋ। ਹੁਣ ਆਪਾਂ ਚੱਲੇ ਹਾਂ ਰਜਿੰਦਰ ਦੀ ਮੈਡੀਸਨ ਲੈਣ, ਅਤੇ ਡਾਕਟਰ ਨੇ ਮਿਲਣਾ ਆ 2:30 ਵਜੇ। ਹਾਂ ਚਲੀਏ ਪੁੱਤ, ਚਲੋ ਨੀਚੇ ਵਾਲਾ ਜ਼ਿਆਦਾ ਸੋਹਣਾ ਲੱਗਾ ਮੈਨੂੰ। ਇੱਧਰ ਅਨਹਦ ਤੇ ਵੀਰ ਕਰਨ ਦਾ ਨਾਰੀਅਲ ਦਾ ਪੋਸਟਮਾਰਟਮ। ਨਾਰੀਅਲ ਦੇ ਮੰਮਾ ਨੇ ਪਾਣੀ ਪੀਤਾ ਤੇ ਆਪਾਂ ਵੀ ਚੋਰੀ ਦੀ ਕੱਢਣ ਗਿਰੀ ਕੱਢਣ ਦਾ ਗਿਰੀ ਕੱਢੀ ਵੀ ਨਿਕਲੀ ਵੇ, ਬੜੀ ਮਿੱਠੀ ਸਵਾਦ, ਬੜੀ ਮੈਂ ਖਾ ਲਈ ਆ ਬਈ। ਉਹਨਾਂ ਦੇ ਨਾਲ ਇਹਨੇ ਤਿਆਰ ਹੋ ਗਈ, ਅਸੀਂ ਦਵਾਈ ਲੈਣ ਜਾਣਾ ਸੀ ਤੇ ਮੈਂ ਵੀ ਜਾਣਾ, ਇੰਨੀ ਗਰਮੀ ਚ ਆਖਿਆ ਘਰ ਬਹਿ ਗਿਆ। ਦੂਸਰੀ ਕਿਹੜੀ ਗੱਲ, ਹਜੇ ਪੱਕਾ ਥੋੜਾ ਵਾ, ਪੱਕਾ ਥੋੜੀ ਆ। ਉਹ ਮੈਂ ਇਹ ਕਿਹਾ ਸੀ ਤੁਹਾਨੂੰ, ਮੈਂ ਕਿਹਾ ਵੀ ਰਾਹ ਦੇ ਵਿੱਚ ਹੀ ਜਾਣਾ ਹੈ ਆਪਾਂ, ਥੋੜਾ ਹੀ ਉਸ ਤੋਂ ਅੱਗੇ 10 ਮਿੰਟ ਦੀ ਡਰਾਈਵ ਹੋ ਰਿਹਾ, ਉਸ ਤੋਂ ਅੱਗੇ ਚੱਲ ਜੇ ਹੋ ਸਕਿਆ ਤਾਂ, ਜੇ ਟਾਈਮ ਨਾਲ ਫ੍ਰੀ ਹੋ ਗਏ ਤਾਂ ਫਿਰ ਚੱਲੇ। ਡਾਕਟਰ ਕੋਲ ਰਾਸ਼ ਨਾ ਮਿਲਿਆ ਜ਼ਿਆਦਾ, ਇੰਨੇ ਜਾ ਕੇ ਗਰਮੀ ਪਰ ਬਹੁਤ ਜ਼ਿਆਦਾ, ਪਰ ਮੈਨੂੰ ਲੱਗਦਾ ਸੀਗਾ ਵੀ ਇੰਨੀ ਭੀੜ ਹੋਊਗੀ ਕਿਉਂਕਿ ਗਰਮੀ ਕਰਕੇ ਘੱਟ ਨੇ ਉਹ ਲੋਕ, ਪਰ ਸਾਰੇ ਕਹਿੰਦੇ ਸਾਡੇ ਨੂੰ ਕਹਿਣ ਇੱਦਾਂ ਹੀ ਕਹਿੰਦੇ ਹੋਣ, ਅੱਜ ਗਰਮੀ ਸ਼ਾਇਦ ਘੱਟ ਹੋਣ, ਘੱਟ ਹੋਣ ਘੱਟ ਹੋਣ। ਚਲੋ ਦੇਖਦੇ ਹਾਂ, ਜਾ ਕੇ ਫੋਨ ਕੀਤਾ ਸੀ, ਕਹਿੰਦੇ ਤਾਂ ਹੈਗੇ ਡਾਕਟਰ ਬੈਠਾ, ਜੇ ਟਾਈਮ ਨਾਲ ਫ੍ਰੀ ਹੋ ਗਏ ਫਿਰ ਤੁਹਾਨੂੰ ਇੱਕ ਵਾਂਡਾ ਵਿਖਾਵਾਂਗੇ। ਫਿਰ ਇੱਕ ਹਾਂ ਵਾਂਡਾ ਵੇਖਦੇ ਹਾਂ। ਡਾਕਟਰ ਮਿਲਿਆ ਨੀ ਇਹਨਾਂ ਹੈ, ਬੜੀ ਭੀੜ ਸੀ, ਡਾਕਟਰ ਨਹੀਂ ਮਿਲਿਆ। ਅਤੇ ਹੁਣ ਆਪਾਂ ਆਏ ਗੁਰਾਮਦਾਸ ਹੋਸਪਿਟਲ ਵੱਲੇ, ਸਵੇਰੇ ਮੈਂ ਫੋਨ ਕੀਤਾ ਉਦੋਂ ਡਾਕਟਰ ਨੇ ਕਿਹਾ ਕਹਿੰਦੇ ਵੀ ਮਿਲ ਜਾਣਗੇ ਡਾਕਟਰ, ਬੈਠੇ ਆ ਜਾਓ। ਹੁਣ ਆਏ ਤਾਂ ਹੁਣ ਆਣ ਕੇ ਪਤਾ ਲੱਗਾ ਵੀ ਡਾਕਟਰ ਜਿਹੜੇ ਆ ਉਹ ਚਲ ਗਏ ਆ ਮੀਟਿੰਗ 'ਤੇ, ਅਤੇ ਕਹਿੰਦੇ ਮੀਟਿੰਗ ਜਿਹੜੀ ਆ 3:30 ਵਜੇ ਖਤਮ ਹੋਣੀ ਆ, ਅਤੇ 2:30 ਵਜੇ ਤੱਕ ਡਾਕਟਰ ਦਾ ਟਾਈਮ ਹੈ, 2:30 ਵਜੇ ਤੋਂ ਉੱਠ ਪੈਂਦਾ। ਚਲੋ ਆ ਜਾਓ ਹੁਣ, ਸਾਡੇ ਕਰਮਾਂ 'ਚ ਵੀ ਦਵਾਈ ਹੈਗੀ ਆ। ਤੂੰ ਇੰਨੀ ਗਰਮੀ ਜਾਏ ਖਪੇ, ਬੁਰੀ ਹਾਲ ਹੋਈ, ਡਾਕਟਰ ਨਹੀਂ ਮਿਲਿਆ। ਅਤੇ ਧੰਨ ਮਰੀਜ਼ ਵਿਚਾਰੇ ਜਿਹੜੇ ਉੱਥੇ ਮੈਂ ਪੁੱਛਿਆ ਸੀਗਾ, ਅਤੇ ਕਹਿੰਦੇ ਅਸੀਂ ਸਵੇਰੇ 10:30 ਵਜੇ ਦੇ ਆਣ ਕੇ ਬੈਠੇ, ਅਤੇ ਲੈ ਵੀ ਜਿਹੜੇ 10:30 ਵਜੇ ਦੇ ਆਏ ਵਿਚਾਰੇ ਉਹਨਾਂ ਦੀ ਵਾਰੀ ਨਹੀਂ ਆਈ, ਤਾਂ ਸਾਡੀ 1:30 ਵਜੇ ਆਣ ਕੇ ਕਰਵਾਏ। ਸਹੀ ਗੱਲ ਆ, ਅਸੀਂ ਤਾਂ ਟਾਈਮ ਦੇ ਟਾਈਮ ਆਏ ਕਿ ਚੱਲ ਹੁਣ ਕੋਠੀ, ਡਾਕਟਰ ਦੀ ਕੋਠੀ ਦੀ ਅਪਾਇੰਟਮੈਂਟ ਲੈਂਦੇ ਹਾਂ। ਉੱਥੇ ਵੀ ਇਹ ਪੰਗਾ ਪੈਣ ਡਿਆ ਆ ਵੀ 1.5 ਮਹੀਨੇ ਦੀ ਵੇਟਿੰਗ ਆ ਉੱਥੇ, 1.5 ਮੰਥ ਦੀ ਵੇਟਿੰਗ ਆ ਉੱਥੇ, ਤੇ ਵੇਟਿੰਗ ਤੋਂ ਬਾਅਦ ਜਦੋਂ ਤੁਹਾਡੀ ਵਾਰੀ ਆਉਂਦੀ ਆ, ਵਾਰੀ ਆਉਣ ਤੋਂ ਬਾਅਦ ਫਿਰ ਕਹਿੰਦੇ 2 ਘੰਟੇ ਮੰਨ ਕੇ ਚੱਲੋ, ਤਾਂ ਕਰਕੇ ਇੱਥੇ ਦਵਾਈ ਲੈਣ ਆਈਦਾ ਵੀ ਚੱਲ ਇੱਥੇ ਵਾਰੀ ਦੇ ਆ ਜਾਂਦੀ, 1.5 ਘੰਟਾ 1.5 ਘੰਟਾ ਬਹਿ ਕੇ ਇੱਦਾਂ ਦੇ ਕੰਮ ਆ। ਅੱਜ ਡਾਕਟਰ ਹੀ ਨਹੀਂ ਮਿਲਿਆ, ਹੁਣ ਕੀ ਕਰੀਏ ਫਿਰ? ਕਹਿੰਦੀ ਵਾਂਡਾ ਵੇਖ ਆਈਏ, ਹੁਣ ਮੈਂ ਨਾ ਦੁਪਹਿਰੇ ਸੁੱਤੇ ਸਾਥੇ ਹੋਣੇ ਵਿਚਾਰੇ ਦੇ, ਫੋਨ ਕਰਕੇ ਪੁੱਛ ਲਈਏ ਸੁੱਤੇ ਜੇ। ਚਲੀਏ ਫਿਰ ਘਰ ਨੂੰ, ਚਲੀਏ ਕਦਰ ਨੂੰ ਚਲੀਏ। ਚਲੋ ਰਾਜ ਸਲਾਹ ਕਰਦੇ ਜਾ ਕੇ, ਆਪਾਂ ਹੋਸਪਿਟਲ ਤੋਂ ਨਿਕਲ ਕੇ ਹੁਣ ਚੱਲੇ ਦੀਪ ਭੈਣ ਦੇ ਪਿੰਡ, ਫੋਨ ਕੀਤਾ ਉਹਨਾਂ ਨੂੰ, ਫੋਨ ਨਹੀਂ ਚੁੱਕਣ ਡਿਆ, ਸਾਡਾ ਤਾਂ ਬਹੁਤ ਮਾੜੀ ਹੋਣ ਡਿਆ, ਵਿਪਲ ਦੇ ਫੋਨ ਤੇ ਵੀ ਕਰ ਲਿਆ, ਦੀਪ ਭਾਈ ਦੇ ਫੋਨ ਤੇ ਵੀ ਕਰ ਲਿਆ, ਫੋਨ ਨਹੀਂ ਚੁੱਕਣ ਡਿਆ, ਪਤਾ ਨਹੀਂ ਕਿੱਥੇ ਚੱਲ ਗਏ। ਸ਼ੱਗੂ ਦੀ ਦਾ ਨੰਬਰ ਨਹੀਂ ਹੈਗਾ, ਤੇ ਮੈਂ ਹੁਣ ਮੈਨੂੰ ਤਾਂ ਜਿੰਦ ਰੱਖਣੀ ਕਿੱਦਾਂ ਕਰੀਏ ਹੁਣ, ਜਾ ਵੱਜ ਗਏ ਤੇ ਬਿਨਾਂ ਦੱਸੇ ਬਿਨਾਂ ਪੁੱਛੇ।
ਘਰ ਨਾ ਹੁਣ ਫੇਰ ਫੇਰਾ ਪੈ ਜੇ। ਮੈਂ ਕਿਹਾ ਚੱਲ ਫਿਰ ਚੱਲਦੇ ਵੇਖੀ ਜਾਊਗੀ, ਨਾ ਹੋਊਗਾ ਤਾਂ ਫਿਰ ਬੂਹੇ ਅੱਗੇ ਮੁੜ ਆਵਾਂਗੇ, ਫੋਟੋਆਂ ਖਿੱਚ ਕੇ ਪਾ ਦਾਂਗੇ ਇਹਨੂੰ ਵੀ ਆਹ ਲੈ ਭੈਣਾ ਹੀ ਆਇਆ ਤੂੰ ਮਿਲੀ ਨੀ ਸਾਨੂੰ। ਆਹੋ ਉਹ ਛੁੱਟੀਆਂ ਪੈ ਗਈਆਂ, ਭਾਵੇਂ ਪਿੰਡ ਨੂੰ ਚਲ ਗਈ ਹੋਵੇ, ਆਪਾਂ ਉਹਦੇ ਕੋਲ ਆ ਗਏ। ਚਲੋ ਚੱਲੀਏ, ਜੇ ਤਾਂ ਹੋਏ ਤਾਂ ਫਿਰ ਉਹਨੂੰ ਨਾਲ ਹੀ ਤਿਆਰ ਕਰਕੇ ਲੈ ਆਵਾਂਗੇ ਵੀ ਚਲੋ ਚੱਲੀਏ ਅੱਜ ਛੁੱਟੀਆਂ ਬਣਾਈਆਂ ਜਾ ਕੇ। ਭਾਵੇਂ ਸੁੱਤੇ ਹੋਣ, ਆਹੋ ਚੱਲ ਵੇਖਦੇ ਇੱਥੇ ਹੋਣਾ। ਖੇਚਲ ਬੜੀ ਕਰਦੀ ਮੁੜ ਕੇ, ਉਹਨੂੰ ਖੇਚਲ ਨਾ ਹੀ ਪਵੇ, ਇੱਥੋਂ ਲੈ ਜਾਈਏ ਵਾਕਿਆ ਵਧੀਆ ਗੱਲ ਜੀ। ਬੜੀ ਅੱਛੀ ਬਾਤ ਕਰੀ ਆਪਣੇ, ਥੈਂਕ ਯੂ। ਮੈਨੂੰ ਸਮਝ ਨਹੀਂ ਲੱਗਣ ਡਈ ਕਿ ਸਾਡਾ ਦਿਨ ਮਾੜਾ ਹੈ, ਕਿਸਮਤ ਮਾੜੀ ਅੱਜ ਹੈ ਨਾ, ਇੰਨੀ ਮਾੜੀ ਨਹੀਂ ਕਦੀ ਹੋਈ ਸਾਡੇ ਨਾਲ। ਅਸੀਂ ਚੱਲ ਬਰਗਰ ਲੈ ਜਾਂਦੇ ਹਾਂ, ਚੱਲ ਖਾ ਲੈਣਗੇ ਜਾਣੇ ਵੀ ਨਾਲੇ, ਤੇ ਬਰਗਰ ਕਿਹਾ ਉਹਨਾਂ ਨੂੰ, ਕਹਿੰਦਾ ਭਾਜੀ ਇਹ ਆਊਟ ਆਫ ਸਟਾਕ ਹੋ ਗਏ ਬਰਗਰ, ਇਹ ਹੈ ਨਹੀਂ ਸਾਡੇ। ਮੈਂ ਕਿਹਾ ਚਲੋ ਠੀਕ ਆ, ਇੱਦਾਂ ਕਰੋ ਪੀਜ਼ਾ ਦੇ ਦਿਓ। ਕਹਿੰਦਾ ਪੀਜ਼ਾ ਭਾਜੀ ਟਾਈਮ ਲੱਗ ਜਾਣਾ ਅਜੇ ਬਣਦਿਆਂ, ਅਤੇ ਮੈਂ ਕਿਹਾ ਚੱਲ ਸਿੰਪਲ ਜਿਹੜਾ ਹੁੰਦਾ ਮਾਗਰੀਟਾ ਹੈ ਨਾ, ਮੈਂ ਕਿਹਾ ਉਹ ਦੇ ਦਿਓ। ਕਹਿੰਦਾ ਭਾਜੀ ਉਹਦੇ ਬੇਸ ਆਉਣ ਵਾਲੇ, ਠੀਕ ਆ। ਮੈਂ ਕਿਹਾ ਚੱਲ ਇੱਦਾਂ, ਕਹਿੰਦਾ ਆਹ ਪੀਜ਼ਾ ਆਹ ਬਰਗਰ ਜਿਹੜਾ ਇਹ ਮਿਲ ਜੂਗਾ, ਚਲੋ ਜਿੰਨੇ ਦਾ ਵੀ ਸੀ ਅਤੇ ਥੋੜ੍ਹਾ ਵੱਡਾ ਹੀ ਸਾਈਜ਼। ਮੈਂ ਕਿਹਾ ਚੱਲ ਇਹੋ ਦੇ ਦੇ, ਕੋਈ ਗੱਲ ਨਹੀਂ ਮਸਾਂ ਰੱਜ ਕੇ ਖਾ ਲੈਣਗੇ ਜਾਣੇ। ਅਤੇ ਪਿੱਛੇ ਗਿਆ ਰਸੋਈ 'ਚ ਆਪਣੀ ਕਿਚਨ 'ਚ, ਵੇਖ ਕੇ ਆਇਆ, ਕਹਿੰਦਾ ਸੋਰੀ ਭਾਜੀ ਇਹ ਵੀ ਆਊਟ ਆਫ ਸਟਾਕ। ਜਾ ਯਾਰ ਹੱਦ ਹੋ ਗਈ ਅੱਜ ਤੇ, ਪਤਾ ਨਹੀਂ ਕਿਹੜਾ ਦੇਸ਼ ਪੱਤੇ ਲੱਗਿਆ ਅੱਜ। ਜਾ ਯਾਰ ਇੱਦਾਂ ਕਰੀਏ, ਉਸ ਢਾਬੇ ਗਏ ਤੂੰ ਦਾਲ ਰੋਟੀ ਲੈ ਜਾਈਏ। ਮੈਂ ਤੁਹਾਨੂੰ ਹੈ ਆਹੋ ਸਾਹਮਣੇ ਹੈਗਾ ਜੋ, ਮੈਂ ਉੱਥੋਂ ਲੈ ਲਈਏ। ਮੈਂ ਤਾਂ ਚੁੱਪ ਉੱਥੋਂ ਮੁੜ ਕੇ ਨਾ ਵਾਪਸ, ਅਸੀਂ ਸੋਚਿਆ ਵੀ ਚੱਲ ਢਾਬੇ ਤੋਂ ਕੁਛ ਨੀ ਤੇ ਜ਼ਿਆਦਾ ਰੋਟੀ ਲੈ ਲੈਂਦੇ ਹਾਂ, ਚੱਲ ਨਾ ਖੇਚਲ ਪਊਗੀ ਭੈਣ ਨੂੰ ਜਾ ਕੇ, ਤੇ ਮਜ਼ੇ ਨਾਲ ਅਰਮਾਨ ਨਾਲ ਜਾ ਕੇ ਬਹਿ ਕੇ ਖਾਂਦੇ, ਨਾਲੇ ਉਹਨੂੰ ਖਵਾਉਂਦੇ ਉਹ ਢਾਬੇ ਵਾਲੇ ਦੇ ਭਾਜੀ ਸ਼ਾਮਾਂ ਨੂੰ। ਹੁਣ ਅਸੀਂ ਪਿੱਛੇ ਨੂੰ ਜਾਈਏ ਤਾਂ ਉਹਦਾ ਪਿੰਡ ਭੈਣ ਸਾਡੀ ਦਾ ਪਿੱਛੇ ਨੂੰ ਜਾ ਕੇ ਆਉਂਦਾ ਆ, ਪਰ ਹੁਣ ਅਸੀਂ ਫੇਰ ਅੰਮ੍ਰਿਤਸਰ ਵੱਲ ਨੂੰ ਜਾਣ ਡਿਆ, ਕੁਛ ਨਾ ਕੁਛ ਵੇਖੀਏ ਤੇ ਸਹੀ ਰਸਤੇ ਚ ਮਿਲ ਜਾਏ ਜਿਹੜਾ ਲੈ ਜਾਏ। ਅੱਜ ਖੇਚਲ ਨੀ ਪਾਉਣੀ ਉਹਨੂੰ, ਬਸ ਚਾਹ ਪੀਣੀ ਆ। ਲੋਕਾਂ ਦੀ ਕਿਸਮਤ ਚ ਵਧੋ ਵਧੀ ਚੀਜ਼ਾਂ ਆਉਂਦੀਆਂ, ਸਾਡੀ ਕਿਸਮਤ ਚ ਆਉਣ ਨਹੀਂ ਡਈਆਂ। ਨਹੀਂ ਇਹ ਨੀ ਅੱਜ ਅਸੀਂ ਲੈ ਕੇ ਜਾਣਾ ਅੱਜ ਕੁਛ ਨਾ ਕੁਛ ਖਾਣ ਪੀਣ ਨੂੰ ਉਹਦੇ ਲਈ। ਉਹ ਤਿੰਨ ਚਾਰ ਢਾਬੇ ਆ ਗਏ ਉਹ ਉੱਥੇ ਗਏ। ਹੁਣ ਆਪਾਂ ਪਹੁੰਚ ਗਏ ਹਾਂ ਵੈਸਟਰਨ ਵਿਲਾ ਕੈਫੇ। ਪਹਿਲਾਂ ਤੁਹਾਨੂੰ ਮਿਲ ਗਈ ਸ਼ਬੀਲ ਲੱਗੀ ਰਸਤੇ ਦੇ ਵਿੱਚ, ਅਨੰਦ ਘਰੋਂ ਤੁਰਨ ਲੱਗੇ ਕਹਿਣ ਡਈ, ਕਹਿੰਦੀ ਪਾਪਾ ਜੇ ਰਾਹ ਸ਼ਬੀਲ ਹੋਈ ਤਾਂ ਸ਼ਬੀਲ ਜ਼ਰੂਰ ਪੀਣੀ ਆ। ਸਹੀ ਗੱਲ ਆ, ਇੱਕ ਚੀਜ਼ ਤਾਂ ਅਨੰਦ ਪੂਰੀ ਹੋਈ ਤੇਰੀ, ਹੁਣ ਇੱਥੇ ਜਾ ਕੇ ਵੇਦੇ ਟਰਾਈ ਕਰਕੇ। ਅਨੰਦ ਪੀਣ ਦਾ ਸ਼ਬੀਲ, ਪਾਪਾ ਗਏ ਹੁਣ ਬਰਗਰ ਪੁੱਛਣ, ਮਿਲ ਗਏ ਤੇ ਖਾਣਾ। ਅਨੰਦ ਕਹਿੰਦਾ ਬਰਗਰ ਹੀ ਖਾਣੇ, ਤੇ ਬਰਗਰ ਮਿਲਣ ਨੀ ਦੇ ਨਾਲੇ ਬਿਲਕੁਲ, ਉਹਨਾਂ ਨੂੰ ਕਹਿੰਦੀ ਬਰਗਰ ਹੀ ਖਾਣੇ ਆ ਹਨਾ, ਹੋਰ ਸ਼ਬੀਲ ਲੈ ਆਏ ਆ।
ਬਰਗਰ ਹੁਣ ਆਪਾਂ ਜਾ ਰਹੇ ਆ ਫੇਰ ਜਿੰਨਾ ਵਾਪਸ ਮੁੜ ਕੇ ਆਏ ਆ ਵਾਪਸ ਮੁੜ ਕੇ ਆਏ ਤੇ ਉਹ ਕੱਲ ਅੱਜ ਫੇਰ ਚੱਕਰ ਹੀ ਏਦਾਂ ਦੇ ਪੈਣ ਡੇ ਉਹਨੂੰ ਮੈਂ ਆਰਡਰ ਦਿੱਤਾ ਉਹਨੇ ਪਿੱਛੇ ਆਪਣੀ ਕਿਚਨ ਚ ਜਾ ਕੇ ਮੁੰਡੇ ਨੂੰ ਆਰਡਰ ਦੇ ਦਿੱਤਾ ਤੇ ਉਹਨੂੰ ਚੇਤਾ ਭੁੱਲ ਗਿਆ ਚੱਲ ਕੋਈ ਗੱਲ ਨਹੀਂ ਬਿਆਹ 10-15 ਮਿੰਟ ਵੇਟ ਕਰਕੇ ਮੈਂ ਫੇਰ ਗਿਆ ਜਾ ਕੇ ਮੈਂ ਕਿਹਾ ਭਾਜੀ ਉਹਨੇ ਫੇਰ ਜਾ ਕੇ ਪੁੱਛਿਆ ਹਾਂ ਹਾਂ ਕਹਿੰਦਾ 5 ਮਿੰਟ ਲੱਗਣੇ ਕੋਈ ਆਈਡੀਆ ਨਹੀਂ ਉਹਨੇ ਕਹੀ ਦੱਸਿਆ ਉਹ ਨਹੀਂ ਮੈਂ ਗੱਲਾਂ ਕਰਦੀ ਰਹੀ ਉਦਾਂ ਹੀ ਉਹਨੇ ਕਹਿੰਦਾ ਹੁਣੇ ਤੇ ਗੱਲਾਂ ਕਰਨ ਦੇ ਹੋ ਪਹੁੰਚ ਗਏ ਮੰਦੀ ਦੀ ਘਰ ਵੇਖੋ ਪਤਾ ਨੀ ਕੈਮਰੇ ਥਾਲੀ ਵੇਖਦੇ ਕਿ ਨਹੀਂ ਵੇਖਦੇ ਉਹਨਾਂ ਨੇ ਹੈਰਾਨ ਹੋ ਜਾਣਾ ਕਿ ਹੁਣੇ ਤੇ ਫੋਨ ਕਰਨ ਦੇ ਤੇ ਹੁਣੇ ਪਹੁੰਚ ਗਏ ਹੱਡ ਵਜਾਓ ਹਮਲਾ ਦਰਵਾਜ਼ਾ ਖੋਲ੍ਹੋ ਚੱਲੀ ਬੈਲ ਮਾਰ ਉਹਨੇ ਵੇਖਣਾ ਹੈ ਗੱਡੀ ਕਿੱਧਰ ਆ ਗਈ ਧੜਨਾ ਮਾੜੀ ਨਾ ਹੋ ਜਾਏ ਕਦੇ ਰਾਦਾ ਨੀ ਲੱਗਦਾ ਅਸੀਂ ਕਿਹਾ ਦੀਦੀ ਠੀਕ ਨੀ ਪਤਾ ਲੈ ਆਈਏ ਆਹੀ ਅਸੀਂ ਏਦਾਂ ਕਰਦੇ ਨਹੀਂ ਕਿਹਾ ਭੈਣ ਨੂੰ ਖੇਚਲ ਨੀ ਪਾਉਣੀ ਫੋਨ ਤਾਹੀਓ ਕੀਤਾ ਸੀ ਕੀ ਹਾਲ ਜੀ ਠੀਕ ਆ ਪਹਿਲਾਂ ਕਿੱਥੇ ਗਿਆ ਪਹਿਲਾਂ ਵੀ ਇੱਥੇ ਹੀ ਆ ਠੀਕ ਸਰੂ ਨੂੰ ਖੁਸ਼ ਆ ਮਜ਼ਾ ਆ ਗਿਆ ਦੀਪ ਵਿਚਾਰੀ ਡਰਦੀ ਖਾਈ ਜਾਂਦੀ ਕਹਿੰਦੀ ਮੈਂ ਖਾਂਦੀ ਨੀ ਮੈਂ ਡਰਦੀ ਖਾਈ ਜਾਂਦੀ ਬਿਲਕੁਲ ਵੀ ਸ਼ੌਕੀਨ ਹੈ ਖਾਂਦਾ ਹਨਾ ਕੱਲ ਮਰਨ ਨਹੀਂ ਅਜੇ ਤਾਂ ਅੱਜ ਖਾਣ ਮੈਨੂੰ ਜਾਪਦਾ ਜਿੱਦਾਂ ਤੂੰ ਕਰਨ ਨਹੀਂ ਬੰਦੇ ਦਾ ਕੰਮ ਹੁੰਦਾ ਡਾਕਟਰ ਤੱਕ ਪਹੁੰਚ ਹੁੰਦੀ ਬੰਦੇ ਦੀ ਹਨਾ ਤੇ ਡਾਕਟਰ ਅੱਗੇ ਕੀ ਆ ਦਿੰਦੇ ਰੱਬ ਹੁੰਦਾ ਅਸੀਂ ਅੱਜ ਰੱਬ ਨੂੰ ਮਿਲਣ ਗਏ ਸਾਡਾ ਰੱਬ ਹੀ ਨੀ ਮਿਲਿਆ ਅੱਗੋਂ ਉਹ ਰੱਬ ਸਾਡਾ ਮੀਟਿੰਗ ਤੇ ਗਿਆ ਫਿਰ ਅਸੀਂ ਆਖਿਆ ਚੱਲ ਦੂਜੇ ਰੱਬ ਕੋ ਚੱਲਦੇ ਤੇ ਅਸੀਂ ਦੂਜੇ ਰੱਬ ਲਈ ਫਿਰ ਕੁਛ ਲੈ ਜਾਈਏ ਫਿਰ ਅਸੀਂ ਕੀ ਆ ਦਿੰਦੇ ਆ 4-5 ਜਗ੍ਹਾ ਤੇ ਅਸੀਂ ਗਏ ਮਹਾਂ ਸਮਾਨ ਮਿਲਿਆ ਸਾਨੂੰ ਤੁਹਾਡੇ ਰੋਡ ਦੇ ਉੱਤੇ ਇੰਨੇ ਜ਼ਿਆਦਾ ਖੁੱਲੇ ਪਰ ਮਿਲਦਾ ਕੁਛ ਵੀ ਨਹੀਂ
ਸ਼ਾਮਾਂ ਨੂੰ ਮਿਲਦਾ ਹੋਊਗਾ ਫਿਰ ਹੈ ਨਾ, ਸ਼ਾਮਾਂ ਨੂੰ ਰੇੜੀਆਂ ਰੂੜੀਆਂ ਲੱਗਦੀਆਂ ਹੋਣੀਆਂ ਜਾਂ ਫਿਰ ਬਿਪਲ ਤੇਰੇ ਨੂੰ ਵੱਡਾ ਤਾਂ ਬਰਗਰ ਸਰਗੁਣ ਖਾ ਲਿਆ ਲੈ ਸਰਗੁਣ ਸਾਰਾ ਖਾ ਗਏ। ਆ ਦੀਦੀ ਮਤਲਬ ਮਨਾ ਕੀਤਾ ਤਾਂ ਫੇਰ ਦੀਦੀ ਨੇ ਉਹੀ ਗੱਲ ਕੀਤੀ, ਅਸੀਂ ਕਿਹਾ ਰੋਟੀ ਨਹੀਂ ਖਾਣੀ ਤੇ ਕਹਿੰਦੇ ਨਾ ਮੈਂ ਤਾਂ ਬਣਾਉਣੀ ਕਹਿੰਦੀ ਮੈਂ ਤੁਹਾਡਾ ਬਰਗਰ ਖਾਦਾ ਕਹਿੰਦੀ ਮੈਂ ਤੁਹਾਡਾ ਬਰਗਰ ਖਾਦਾ ਰੋਟੀ ਖਾ ਕੇ ਜਾਓ ਕਰਨ ਤੂੰ ਕਹਿ ਮੈਂ ਰਾਜਾ ਖਾਣਾ ਕੁਛ ਅਜੇ ਵੀ ਕਹਿ ਅਜੇ ਤੁਸੀਂ ਰੋਟੀ ਖਾ ਲਓ ਖਾਂਦੇ ਰਹਿੰਦੇ ਨਹੀਂ ਲੋ ਅਸੀਂ ਅੱਜ ਦੱਸ ਕੇ ਨੀ ਨਾ ਆਏ ਘਰੇ ਚੰਗਾ ਵੀ ਬੱਚਾ ਪਾਰਟੀ ਬਾਏ ਬਾਏ ਸਤਿ ਸ਼੍ਰੀ ਅਕਾਲ ਬਹੁਤ ਮਜ਼ਾ ਆਇਆ ਫੁੱਲ ਇੰਜੋਏ ਕੀਤਾ ਉਹਨਾਂ ਦੀ ਛੁੱਟੀ ਅੱਜ ਇੱਕ ਹੋਰ ਜਿਹੜੀ ਆ ਪੂਰੀ ਇੰਜੋਏ ਹੋ ਗਈ ਅੱਜ ਤਾਂ ਭਾਵੇਂ ਆਪਾਂ ਦਵਾਈ ਲੈਣਾ ਹਾਂ ਪਰ ਦਵਾਈ ਮਿਲੀ ਨਹੀਂ ਅੱਗੇ ਬਰਗਰ ਲੈਣਾ ਬਰਗਰ ਨਾ ਮਿਲੇ ਤੋ ਅੱਜ ਹਮਨੇ ਆਪਕੇ ਸਾਥ ਅੱਛਾ ਟਾਈਮ ਸਪੈਂਡ ਕੀਆ ਥੈਂਕ ਯੂ ਸ਼ੰਕੂ ਭਾਈ ਥੈਂਕ ਯੂ ਵਿਸ਼ੂ ਭਾਈ ਥੈਂਕ ਯੂ ਦੀਦੀ ਦੀਦੀ ਨੇ ਸੁਣੀ ਪਾਪਾ ਜੀ ਚਲੋ ਚੰਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਫਿਰ ਮਿਲਦੇ ਆ ਫੋਨ ਕਰਦੇ ਜਿੱਧਰ ਆਉਣਾ ਹੋਊਗਾ ਚੰਗਾ ਲੈ ਜਾਵਾਂਗੇ ਜੇ ਛੁੱਟੀਆਂ ਪੈ ਗਈਆਂ ਫੋਨ ਕਰ ਦਿਓ ਲੈ ਜਾਵਾਂਗੇ ਕਲਾਸਾਂ ਖਤਮ ਹੋ ਚੱਲੀਆਂ ਆਨਲਾਈਨ ਸ਼ੱਗੂ ਭਾਈ ਵੱਡਾ ਹੋ ਗਿਆ ਵੱਡਾ ਕੌਣ ਆਏ ਆ ਟਾਈਮ ਹੋ ਗਿਆ 8 ਵਜੇ 9 ਵਜੇ ਦੇ ਵਿੱਚ 5 ਮਿੰਟ ਹੁਣ ਅਸੀਂ ਧੱਕੇ ਧੁੱਕੇ ਖਾਂਦੇ ਪਹੁੰਚ ਗਏ ਘਰ ਉਹ ਭਾਬੀ ਉੱਡ ਰਹੇ ਨੇ ਵੀਰ ਜੀ ਹੈਲੋ ਅਨੰਦ ਆ ਗਿਆ ਘਰ ਹੁਣ ਹੈਲੋ ਵੀਰ ਰਾਤ ਕੋ ਟੱਡਾ ਦਿਖਾਉਣ ਡਿਆ ਬਾਬਾ ਕੀ ਹਾਲ ਹੈ ਠੀਕ ਆ ਗੱਡੀ ਅੰਦਰ ਆ ਰਹੀ ਹੈ ਰਾਤ ਨੂੰ ਪਤਾ